ਐਸ ਵੈਲਕਮ ਬੈਕ ਟੂ ਨਿਊ ਵਲੋਗ। ਰਾਤ ਦਾ ਟਾਈਮ ਪਤਾ ਕਿੰਨਾ ਹੋ ਗਿਆ, 8:51, ਠੀਕ ਆ। ਵਲੋਗ 'ਚ ਮੇਰਾ ਸਾਰਾ ਹੋ ਗਿਆ, ਮੈਂ ਸਟਾਰਟਿੰਗ ਨਹੀਂ ਹੈਗੀ ਸੀ ਅਤੇ ਮੈਂ ਕਿਹਾ ਸਟਾਰਟਿੰਗ ਕਰ ਦਈਏ। ਪਲੀਜ਼ ਸਾਰਾ ਵਲੋਗ ਵੇਖੋ, ਤੁਸੀਂ ਮਜ਼ਾ ਕਰੋ, ਠੀਕ ਹੈ, ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਅਤੇ ਵੇਖੋ। ਬਾਏ। ਚਲੋ ਗਾਇਜ਼, ਹੁਣ ਆਪਾਂ ਸਭ ਤੋਂ ਪਹਿਲਾਂ ਦਾੜੀ ਕਟਾਉਣ ਲੱਗੇ ਹਾਂ, ਠੀਕ ਆ। ਮੈਂ ਤਾਂ ਜਿਸ ਕਾਰਨ ਚੱਲੇ ਹਾਂ ਸਲੂਨ ਦੇ ਵਿੱਚ। ਚਲੋ ਗਾਇਜ਼, ਹੁਣ ਅਸੀਂ ਚੱਲੇ ਹਾਂ ਸਿੱਧਾ ਕੋਟੀ ਲੈਣ, ਠੀਕ ਹੈ। ਰੱਜੀ ਨੇ ਸਮਾਨ ਲੈਣਾ ਆਪਦਾ। ਕਿਹੜੀ ਉਹ ਵਧੀਆ ਸੀ ਜਿਸ ਕਰਕੇ ਤੂੰ ਦੱਸ ਮੈਨੂੰ? ਉਹ ਵਧੀਆ ਲੱਗੀ। ਦੋ ਲੈ ਲਾ ਫਿਰ ਬਸ, ਜੇ ਵਧੀਆ ਲੱਗੀ ਉਹ ਵਧੀਆ ਕੇ ਉਹ ਵਧੀਆ ਪਤਾ ਨਹੀਂ ਮੈਨੂੰ ਇਤੋਂ ਸਮਝ ਨਹੀਂ ਆਉਂਦੀ ਡੈਡੀ ਬਸ। ਜੇ ਉਹ ਤੈਨੂੰ ਵਧੀਆ ਲੱਗੀ ਨਾ ਉਹ ਵਧੀਆ ਵਾ। ਆ ਗਿਆ ਆ ਵੇਖ ਲਾ। ਬਸ ਤੁਸੀਂ ਦੱਸੋ ਜੇ ਇਹ ਵਧੀਆ ਹੋਈ ਤੇ ਇਹ ਵੀ ਮੈਂ ਆ ਕੇ ਲੈ ਜਾਊਂਗਾ ਕਮੈਂਟ ਆ ਵੀਡੀਓ 'ਚ ਵੇਖ ਲਾ। ਚਲਦਾ ਚੱਲਦਾ ਚਲੋ ਗਾਇਜ਼, ਹੁਣ ਆਪਾਂ ਚੱਲਦੇ ਹਾਂ। ਪਹਿਲਾਂ ਪਹਿਲਾਂ ਪੀਣ ਲੱਗੇ ਹਾਂ, ਜੂਸ ਪੀਣ ਲੱਗੇ, ਬਣਦਾ ਪਿਆ ਆਪਣਾ ਉਹ ਦੇਖੋ। ਤਿੰਨ ਗਲਾਸ ਪੀਣੇ ਆ, ਠੀਕ ਹੈ। ਫਿਰ ਗਾਇਜ਼ ਚੱਲਦੇ ਹਾਂ ਆਪਾਂ ਘਰੇ। ਅੱਜ ਵਲੌਗ ਮੇਰਾ ਬਹੁਤ ਥੋੜ੍ਹਾ ਬਣਿਆ, ਅੱਜ ਦਾ ਵਲੌਗ ਬਹੁਤ ਘੱਟ ਬਣਿਆ, ਪਤਾ ਨਹੀਂ ਕਿਉਂ ਬੜਾ ਘੱਟ ਬਣਿਆ, ਮੈਂ ਸੁੱਤਾ ਹੀ ਰਹਿ ਗਿਆ। ਕਿੰਨੇ ਸਾਰੇ? ਕੋਈ ਨਹੀਂ ਕੋਈ ਨਹੀਂ, ਆਹ ਬੱਲੇ ਚਲੋ ਗਾਇਜ਼ ਆ ਗਿਆ ਗਾਜਰਾਂ ਦਾ, ਠੀਕ ਹੈ। ਗਾਜਰ ਪੀ ਕੇ ਫਿਰ ਮਿਲਦੇ ਹਾਂ ਤੁਹਾਨੂੰ। ਗਾਜਰ ਦਾ ਜੂਸ ਕਹਿੰਦੀ ਸਵਾਦ ਸੰਤਰੇ ਦਾ ਯਾਰ। ਗਾਇਜ਼ ਉਹ ਫੁੱਲ ਆਫਰ ਗਿਆ, ਇਹਨੇ ਇਕੱਲੇ ਨੇ ਪੀਤਿਆ 6 ਗਲਾਸ, ਮੇਰੇ 6 ਗਲਾਸ ਉਹ ਤੇ ਗਏ ਚਲੇ, ਤੇ ਰੱਜੀ ਦੇ 6 ਗਲਾਸ ਉਹ ਤੇ ਚਲ ਗਏ। 6-6 ਗਲਾਸ ਪੀ ਲਏ ਅਸੀਂ ਸਭ। ਮੈਂ ਇੱਕ ਪੀਤਾ। ਚਲੋ ਤਿੰਨ ਤੂੰ ਪੀਤੇ। ਚਲ ਭਾਈ। ਚਲੋ ਗਾਇਜ਼, ਹੁਣ ਖਾਣ ਲੱਗੇ ਹਾਂ, ਬਰਗਰ ਖਾਣ ਲੱਗਿਆ ਰੱਜੀ ਅਤੇ ਮੈਂ, ਸਾਰੇ ਜਾਣੇ ਦੇਖੋ ਤੁਹਾਨੂੰ ਵਿਖਾਉਣੇ ਆਪਾਂ ਅੱਜ ਖਾਣੇ ਇਹਨਾਂ ਨੇ। ਉਹ ਚੈਲੰਜ ਲਾਉਂਗੇ ਬਰਗਰਾਂ ਦਾ। ਕਿੰਨੇ ਬਰਗਰ ਖਾਣਗੇ ਭਰਾਵਾ? ਇੱਕ ਹੀ ਬਹੁਤ ਆ ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ। ਉਹ ਵੀ ਇਹਦੇ ਕਹਿਣ 'ਤੇ ਖਾਣ ਲੱਗਾ, ਮੇਰਾ ਵੀ ਜੀ ਕਰ ਰਿਹਾ। ਤੂੰ ਨਹੀਂ ਖਾਣਾ? ਨਾ ਯਾਰ, ਇਹ ਗਾਇਜ਼ ਚਲੋ ਗਾਇਜ਼ ਆ ਗਏ ਇਹਨਾਂ ਦੇ ਬਰਗਰ ਖਾਣ ਲੱਗ ਪਿਆ, ਦੇਖੋ। ਯਮੀ ਯਮੂਰੀ ਇਹ ਯਮੂ ਜਾਮੀ ਕਿਆ ਜਾਮੀ ਇਹਦਾ ਉਹ ਜਵਾਬ। ਇਧਰ ਆਪਣੀ ਰੱਜੀ ਪਿਆਰੀ ਜੀ ਨੰਨੀ ਜੀ ਗੁੜੀਆ ਖਾ ਰਹੀ ਹੈ ਬਰਗਰ, ਤੇ ਪਹਿਲੀ ਬਾਈਟ ਦੇ ਨਾਲ ਸੌਸ ਪਾਤੀ ਆ ਨਿਆਣਾ ਵੇਖੀ ਬਾਈਟ ਦੀ ਛੋਟੀ ਪਹਿਲੀ ਬਾਈਟ ਦੇ ਨਾਲ ਇਹ ਤਾਂ ਰਾਖਸ਼ਸ ਹੀ ਆ। ਓਕੇ ਗਾਇਸ, ਇੰਨੀ ਧੁੰਦ ਨਾ ਅੱਜ ਪਈ ਹੋਈ, ਬਹੁਤਾ ਹੀ ਬੁਰਾ ਹਾਲ ਆ, ਤੁਹਾਨੂੰ ਮੈਂ ਵਿਖਾਉਣਾ ਰੋਸਕੋ ਇੱਕ ਮਿੰਟ, ਨਾਲੇ ਅਸੀਂ ਸੈਰ ਕਰ ਆਉਣੇ ਆ ਮੈਂ ਤਾਂ ਰੋਸਕੋ। ਓਹੋ ਆਹ ਦੇਖੋ, ਟੱਪੀ ਜਾਂਦਾ ਆਹ ਦੇਖੋ ਯਾਰ, ਪੂਰੀ ਫੁੱਲ ਆ ਧੁੰਦ ਕੁਮਸਾਨ। ਚਲੋ ਗਾਇਸ, ਚੱਲਦੇ ਹਾਂ ਹੁਣ ਸੈਰ ਕਰਨ, ਸਵੇਰ ਦਾ ਟਾਈਮ ਹੋ ਗਿਆ ਵਾ, 6:30 ਹੋ ਗਏ ਹੁਣ ਮੈਨੂੰ ਲੱਗਦਾ। ਇਹਨੇ ਪਹਿਲੀ ਵਾਰੀ ਧੁੰਦ ਵੇਖੀ, ਕਹਿੰਦਾ ਹੋਣਾ ਹੈ ਇੰਨੀ ਠੰਡ, ਠਰ ਗਿਆ। ਚਲੋ ਗਾਇਸ, ਸਾਰੇ ਉੱਠ ਕੇ ਹੌਲੀ ਹੌਲੀ ਆ ਜਾਂਦੇ, ਧੁੰਦ ਕਿੰਨੀ ਕੁ ਵੇ ਹੋਏ ਇਹ ਕੀ ਜੋ ਦਿਖਦਾ ਹੀ ਨਹੀਂ ਕੋ ਫੁੱਲ, ਐਂ ਲੱਗਦਾ ਕਸ਼ਮੀਰ ਹੀ ਬਣ ਗਿਆ ਇੱਥੇ ਤਾਂ। ਚਲੋ ਗਾਇਜ਼, ਹੁਣ ਅਸੀਂ ਚੱਲੇ ਹਾਂ, ਇੰਨੀ ਠੰਡ 'ਚ ਫਿਰੋਜ਼ਪੁਰ ਚੱਲੇ ਹਾਂ, ਠੀਕ ਹੈ। ਮੈਂ ਤਾਂ ਜਿਸ ਕਾਰਨ ਚੱਲੇ ਹਾਂ, ਅਤੇ ਪਹਿਲਾਂ ਅਸੀਂ ਕਰਕੇ ਲਿਆਵਾਂਗੇ ਸ਼ੋਪਿੰਗ ਕਰਨੀ ਆ, ਫਿਰ ਅਸੀਂ ਤੜਕੇ ਸਾਰਾ ਕੰਮ ਕਰਕੇ ਫਿਰ ਅੱਜ ਦਾ ਵੇਖਦੇ ਹਾਂ ਕੀ ਪਲਾਨ ਕਰਨਾ। ਓਕੇ ਚਲ ਚੱਲਦੇ ਹਾਂ ਫਿਰੋਜ਼ਪੁਰ ਸਿਟੀ, ਟੈ ਤੁਰ ਕੇ ਜਾਣਾ ਇੰਨੀ ਠੰਡ 'ਚ। ਕੋਰਾ ਚੱਪ ਗਿਆ ਟੋਪੀ 'ਤੇ। ਓ ਗਾਇਜ਼ ਸੱਚ ਲੈ, ਮੈਂ ਬੋਲਦਾ ਨਹੀਂ ਪਿਆ, ਮੈਨੂੰ ਲੱਗਾ ਕੈਮਰਾ ਸਟਾਰਟ ਹੀ ਨਹੀਂ ਹੋਇਆ। ਵੈਸਲੀਨ ਲਗਾ ਲਓ। ਹਾਂਜੀ, ਓਏ ਉਹ ਵਾਲੀ ਮਸ਼ਹੂਰੀ ਨਹੀਂ ਹੁੰਦੀ ਹੁੰਦੀ ਇੱਦਾਂ ਦੀ ਟੋਪੀ ਲੈ ਕੇ, ਵੈਸਲੀਨ ਲਗਾ ਲਓ। ਅਗਰ ਹੋਠ ਫਟੇ ਹੋ ਤਾਂ ਵੈਸਲੀਨ ਲਗਾਏ, ਹਿਮਾਚਲ ਰੁਪਏ ਦੀ ਡੱਬੀ, ਹਿਮਾਚਲ ਪ੍ਰਦੇਸ਼। ਚਲੋ ਗਾਇਜ਼, ਕਿਸੇ ਦਾ ਨਾ ਮੋਟਰਸਾਈਕਲ ਇੱਥੇ ਖਰਾਬ ਹੋ ਗਿਆ ਹੈਗਾ, ਅਸੀਂ ਚੈੱਕ ਕਰਦੇ ਪਏ ਜਿਸ ਕਾਰਨ, ਠੀਕ ਹੈ, ਹੈਲਪ ਕਰਨ 'ਚ ਇਹ ਮੁੰਡਾ ਪਹਿਲੇ ਨੰਬਰ 'ਤੇ। ਹਾਂਜੀ, ਕਰਤਾ ਸਹੀ ਇਹ ਗਾਇਜ਼, ਵਿਗਿਆਨੀ ਬਹੁਤ ਤਗੜਾ ਵਾ, ਠੀਕ ਆ। ਵੇਖੋ ਇਹਨੂੰ ਬਹਿ ਜਾਂਦਾ ਮੋਟਰ ਸਹੀ ਕਰ ਲਿਆ ਭਾਈ ਸਾਹਿਬ, ਕਿੱਦਾਂ ਉੱਦਾਂ ਹੀ ਰੇੜ ਕੇ ਲੈ ਆਏ ਸੀਗੇ? ਨਹੀਂ ਮੈਂ ਤੁਹਾਨੂੰ ਵੇਖਿਆ। ਅੱਛਾ ਜੀ, ਚਲੋ ਕੋਈ ਨਹੀਂ, ਕਰ ਦਿੰਦੇ ਸੈੱਟ। ਅਸੀਂ ਵੀ ਨਹੀਂ ਉਹਨਾਂ ਚੱਕਰ ਜਾਣਾ ਸ਼ਹਿਰ ਜਿਹਨਾਂ ਚੱਕਰ ਤੇਰਾ ਮੋਟਰਸਾਈਕਲ ਨਹੀਂ ਸਹੀ ਹੁੰਦਾ। ਤੂੰ ਘਬਰਾਉਣਾ ਨਹੀਂ, ਟੈਨਸ਼ਨ ਨਹੀਂ ਲੈਣੀ, ਚੰਗਾ।
ਕਈ ਵਾਰੀ ਇਹ ਵੀ ਮੁੰਡਾ ਪੜਦਾ ਆ ਲਾਦਾ ਸਕੂਲੇ ਤੇ ਉਹਦਾ ਮੋਟਰਸਾਈਕਲ ਖਰਾਬ ਹੋ ਗਿਆ ਮਾਰੇਗਾ ਓਏ ਨੀ ਧੋਂਦਾ ਹੀ ਕਿਹਾ ਵਿਚਾਰੇ ਦੇ ਕਿਸੇ ਨੇ ਰੁਕਣਾ ਵੀ ਨਹੀਂ ਆ ਫਿਰ ਫਰਿਸ਼ਤੇ ਰੁਕ ਗਏ ਫੂਕ ਮਾਰ ਗਏ ਫਿਰ ਫਰਿਸ਼ਤਾ ਰੁਕ ਗਿਆ ਫੂਕ ਮਾਰਨੀ ਪੈਣੀ ਫੂਕ ਮਾਰਾਂ ਮਾਰ ਫੂਕ ਵੀ ਮਾਰ ਦਿੰਦੇ ਭਾਜੀ ਕੋਈ ਨਹੀਂ ਤੁਸੀਂ ਮੂੰਹ ਮੰਨਿਆ ਫੂਕ ਵੀ ਮਾਰ ਦਿੰਦੇ ਪਰੇ ਹੋਵੋ ਮੇਰਾ ਦਸਵੀਂ ਚ ਪੜਦਾ ਵਿਚਾਰਾ ਤੇਲ ਵੀ ਨਹੀਂ ਗਾਹ ਜਾਂਦਾ ਹੋਣਾ ਇਹ ਵੀ ਹੋ ਸਕਦਾ ਹਨਾ ਪਿੱਛੋਂ ਧੱਕਾ ਵੱਜੂਗਾ ਯਾਰ ਟਾਈਮ ਅੱਗੇ ਬੜਾ ਹੋ ਗਿਆ ਮੈਂ ਤਾਂ ਉਹ ਭਰਾਵਾ ਕਰ ਦਿੰਨੇ ਆ ਅਸੀਂ ਤੇਰੇ ਕਰਕੇ ਰੁਕੇ ਤੂੰ ਟਾਈਮ ਬੜਾ ਹੋ ਗਿਆ ਕਰੂੰ ਲੇਟ ਤੇਰਾ ਮੈਨੂੰ ਵੀ ਪਤਾ ਅਸੀਂ ਤੇਲ ਲੈਣੀ ਤੇਲ ਤਾਂ ਵਾਧੂ ਆ ਉਹ ਚਾਚਾ ਫੂਕ ਮਾਰਦਾ ਪਿਆ ਨਹੀਂ ਵੱਜਦੀ ਪਈ ਭਰਾਵਾ ਮੈਂ ਏਡੇ ਕੋਟ ਜੇ ਦੋ ਪਾਏ ਹੋਏ ਆ ਤਾਂ ਇੰਨਾ ਤੈਨੂੰ ਅੰਕਲ ਲੱਗਦਾ ਹੋਊਗਾ ਮੈਂ ਵੀ ਤੇਰੇ ਜਿੱਦਾਂ ਹੀ ਆ ਮੇਰੇ ਹਿਸਾਬ ਨਾਲ ਹੋਏ ਆ ਕਰ ਆ ਵੇਖੀ ਪ੍ਰੋਬਲਮ ਆ ਆਵੇ 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 ਅੰਕਲ ਨੇ ਮੋਟਰਸਾਈਕਲ ਸਟਾਰਟ ਕਰਤਾ ਅੱਜ ਅੰਕਲ ਨੇ ਇਹਨੇ ਕੀਤਾ ਭਾਪੇ ਨੇ ਕੀਤਾ ਜਿਹੜਾ ਮਗਰ ਬੈਠਾ ਅੰਕਲ ਕੋ ਹੋਇਆ ਹੀ ਨੀ ਚਾਹ ਪੀ ਲਈ ਚਾਹ ਪੀ ਕੇ ਪਤਾ ਨੀ ਸਿਆਲਾ ਚਾਹ ਪੀਣ ਦਾ ਬੜਾ ਮਜ਼ਾ ਆਉਂਦਾ ਕਿਉਂ ਬਈ ਆਂਟੀ ਤੈਨੂੰ ਉਹਦਾ ਕਿ ਨਹੀਂ ਚਾਹ ਪੀਣ ਦਾ ਮਜ਼ਾ ਸੱਚੀ ਚਾਹ ਪੀਣ ਦਾ ਨਾ ਆਹ ਵੇਲੋ ਆਹ ਵੀ ਖੜੇ ਕਬਲੀ ਚ ਚਾਹ ਪੀ ਵੀ ਆਉਂਦਾ ਮਤਲਬ ਸਬਜ਼ੀ ਪੀ ਵੀ ਜਾਂਦਾ ਦਾਲ ਹੀ ਪੀ ਵੀ ਜਾਂਦਾ ਵਾਲ ਵਧਾਉਣ ਨੂੰ ਕੀ ਵਾਲ ਵਧਾਉਣ ਨੂੰ ਵਾਲ ਵਧਾਉਣ ਨੂੰ ਸਿਰ ਤੇ ਵਾਲ ਤੱਗੇ ਬਹੁਤ ਆ ਉਹ ਕਹਾਣੀ ਸੁਣੀ ਮਾਮੇ ਨੇ ਖਾਧੀ ਦਾਲ ਵੱਡੇ ਹੋ ਗਏ ਵਾਲ ਅੱਛਾ ਲੈ ਤੇ ਮੰਮੀ ਤੁਸੀਂ ਚਾਹ ਕਿੰਨੀ ਵਾਰੀ ਪੀ ਲਈ ਸੱਚ ਸੱਚ ਇੱਕ ਵਾਰੀ ਬਣਾਈ ਆ ਨਹੀਂ ਬਣਾਈ ਤੂੰ ਕੋਈ ਬਾਬਾ ਜੀ ਘਰੋਂ ਲਿਆਂਦਾ ਤੋ ਉਦੋਂ ਬਣਾਈ ਓਹੋ ਤੇ ਗੱਲ ਸਹੀ ਆ ਮੈਂ ਕਿੰਨਾ ਵਾ ਮਤਲਬ ਕਿੰਨੀ ਵਾਰੀ ਪੀ ਚੁੱਕੇ ਆ ਇੱਕ ਦੋ ਵਾਰੀ ਨਹੀਂ ਮੰਮੀ ਇਹ ਤੇ ਗੱਲ ਝੂਠਾ ਸਵੇਰ ਦੇ ਗਲਾਸ ਆਂਟੀ ਆਂਟੀ ਨੂੰ ਪੁੱਛ ਲਾ 10 12 ਗਲਾਸ ਹੋ ਗਏ ਕਿ ਨਹੀਂ ਸਵੇਰ ਦਾ 10 12 ਹਾਂ ਨਹੀਂ ਮੈਂ ਦੱਸਾਂ ਕਿੰਨੀ ਪੀ ਲਿਓ 3 ਕ ਗਲਾਸ ਪੀ ਗਈ ਫੁੱਲ ਭਰ ਭਰ ਕੇ ਹਾਂ ਬੋਲ ਕੁਰਸੀਆਂ ਲੈ ਆਓ ਕੁਰਸੀਆਂ ਲਿਆਉਣਾ ਏਦਾਂ ਹੀ ਸਾਡੇ ਵੇਖੋ ਪਿੰਡਾਂ ਵਿੱਚ ਆਉਂਦੇ ਆ ਸਾਰੇ ਮਤਲਬ ਭਾਜੀ ਲੈ ਕੇ ਆਉਂਦੇ ਹੁੰਦੇ ਆ ਹਨਾ ਤੇ ਵਿਆਹ ਦੀਆਂ ਭਾਜੀਆਂ ਏਦਾਂ ਆਉਂਦੀਆਂ ਠੀਕ ਆ ਬਾਏ ਬਾਏ ਬਾਹਰ ਜਿਹੜੇ ਅਮਰੀਕਾ ਕਨੇਡਾ 'ਚ ਜਿੰਨੇ ਵੀ ਰਹਿੰਦੇ ਆ ਸੋਚੋ ਕਿਸੇ ਦੇ ਘਰ ਏਦਾਂ ਆਉਂਦੇ ਆ ਐਂ ਮਤਲਬ ਗਰੁੱਪ ਲੈ ਕੇ ਕੋਈ ਨਹੀਂ ਆਉਂਦਾ ਗਾਇਸ ਇਹ ਦੇਖੋ ਦੋਨੋਂ ਜਾਣੇ ਨਾ ਬਸ ਕੁੱਤੇ ਦੇ ਕੋਲ ਹੀ ਬੈਠੇ ਰਹਿੰਦੇ ਆ ਬਸ ਪਿਆਰ ਹੀ ਕੁੱਤੇ ਨਾਲ ਇੰਨਾ ਨਾ ਕੁੱਤੇ ਦੇ ਕੋਲ ਹੀ ਇੰਨਾ ਬੈਠੇ ਰਹਿਣਾ ਕੁੱਤੇ ਦੇ ਕੋਲ ਹੀ ਜਿਹੜੀ ਡਿਊਟੀ ਨਾ ਸਾਡੀ ਪੱਕੀ ਆ ਠੰਡ ਦੇ ਵਿੱਚ ਪੱਠੇ ਪਾਉਣੇ ਹੁਣ ਕਾਫੀ ਟਾਈਮ ਹੋ ਗਿਆ ਵਾ ਦੇਖੋ ਮੈਂ ਤੈਨੂੰ ਟਾਈਮ ਦੇਖੋ ਨਾ ਮੈਂ ਆਪਦਾ ਵਲੌਗ ਵੀ ਬਣਾਉਣਾ ਸੀ ਮੇਰੇ ਕੋਲ ਹਜੇ ਤੱਕ ਨਹੀਂ ਬਣਿਆ ਪ੍ਰੋਪਰ ਬਸ ਤੇਰੇ ਅੱਗੇ ਅਰਦਾਸ ਤੇਰੇ ਅੱਗੇ ਅਰਦਾਸ ਜੋ ਚੀਜ਼ ਉਧਰ ਵੇਖਣੀ ਹੁੰਦੀ ਉਹ ਇੱਧਰ ਰਹਿ ਜਾਂਦੀ ਕੀ ਕਹਿੰਦਾ ਕਿ ਪਿਆ ਗਾ ਇਹਨੂੰ ਨਾ ਕੋਈ ਵੀਡੀਓ ਨਹੀਂ ਲੱਭਦੀ ਪਈ ਨਾ ਹੀ ਮੈਨੂੰ ਲੱਭਦੀ ਪਈ ਆ ਘਰੇ ਕਿਉਂਕਿ ਸਵੇਰ ਦੇ ਉੱਠੇ ਹੋਏ ਆ ਧੁੰਦੀ ਪਈ ਹੋਈ ਆ ਤਾਂ ਮੈਂ ਸਵੇਰੇ ਚੋਂ ਤੜਕੇ ਉੱਠਿਆ ਸੀ ਨਾ ਧੁੰਦ ਵਿਖਾਈ ਸੀ ਨਾ ਹੁਣ ਮੈਂ ਵਿਖਾਉਣਾ ਐਵੇਂ ਦਾ ਮੌਸਮ ਆ ਦੇਖੋ ਠੰਡਾ ਬਿਲਕੁਲ ਠੰਡਾ ਠਾਰ ਆਹ ਦੇਖ ਲਓ ਕੀ ਹਿਸਾਬ ਕਿਤਾਬ ਆ ਮੌਸਮ ਦਾ ਧੁੰਦੀ ਧੁੰਦ ਆ ਧੁੰਦੀ ਧੁੰਦ ਚਲੋ ਗਾਇਸ ਹੁਣ ਅਸੀਂ ਲਪਾਉਣ ਲੱਗੇ ਹਾਂ ਬਾਸਮਤੀ ਪਾ ਕੇ ਠੀਕ ਆ ਰੱਖ ਕੇ ਫਿਰ ਤੂੜੀ ਲਿਆ ਕੇ ਫਿਰ ਸਿੱਧਾ ਆਪਾਂ ਜਿੰਮ ਜਾਣਾ ਕੋਈ ਮਸਲੇ ਦਾ ਹੱਲ ਚੰਨ